ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਚੰਗੀ ਸਿਹਤ ਰਾਜ ਪੰਜਾਬ ਪੁਲਿਸ ਵੱਲੋਂ ਅਲਰਟ ਇੰਜ ਕੀਤੀ ਜਾ ਸਕਦੀ ਹੈ Hindu ਆਗੂਆਂ ਦੀ ਹੱਤਿਆ 골ਡੀ ਬਰਾਡ ਦੀ ਈਮੇਲ ਤੋਂ ਬਾਅਦ ਹੜਕੰਪ ਸ਼ਰਾਬ ਦੇ ਠੇਕੇਦਾਰਾਂ ਨੂੰ ਪ੍ਰੋਗਰਾਮ ਆਵ ਦੇ ਵਿੱਚ ਖਲਲ ਪਾਉਣ ਦਾ ਕੋਈ ਅਧਿਕਾਰ ਨਹੀਂ ਮੰਤਰੀ ਧਾਲੀਵਾਲ ਦਾ ਕਹਿਣਾ ਰਿਸ਼ਵਤ ਲੈਣ ਦੇ ਦੋਸ਼ ਅਧੀਨ ਇੱਕ ਹੋਰ ਥਾਣੇਦਾਰ ਗ੍ਰਿਫਤਾਰ ਪਿਓ ਪੁੱਤ ਤੋਂ 28 ਕਰੋੜ ਰੁਪਏ ਦੀ ਡਰੱਗ ਬਰਾਮਦ ਬੈਂਕ ਨਾਲ ਧੋਖਾ ਧੜੀ ਕਰਨ ਵਾਲੇ ਕਾਰੋਬਾਰੀ ਦੇ ਟਿਕਾਣਿਆਂ ਤੇ ਈਡੀ ਵੱਲੋਂ ਕੀਤੀ ਗਈ ਛਾਪੇਵਾਰੀ ਅਤੇ ਪੱਤਰਕਾਰ ਖੁਦਕੁਸ਼ੀ ਮਾਮਲੇ ਵਿੱਚ ਸਾਬਕਾ ਵਿਧਾਇਕ ਅਤੇ ਦੂਸਰੇ ਦੋਸ਼ੀ ਅੰਡਰਗਰਾਊਂਡ ਦੋਸਤੋ ਇਹ ਕੁਝ ਜਾਣਕਾਰੀਆਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰਤ ਗੱਲਬਾਤ ਕੀਤੀ ਜਾਏਗੀ ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰਤ ਗੱਲਬਾਤ ਹੋਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦੇਲੋਂ ਧੰਨਵਾਦੀ ਹੋਵਾਂਗੇ ਤੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰਤ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਤੀ ਉਹਨਾਂ ਦਾ ਜ਼ਿਕਰ ਕਰਦੇ ਹਾਂ ਉਹ ਕੱਲ ਤੇਲੰਗਾਨਾ ਦੇ ਦੌਰੇ ਤੇ ਗਏ ਹੋਏ ਸੀ ਜਦ ਉੱਥੇ ਆਮ ਜਨਤਾ ਨੂੰ ਸੰਬੋਧਨ ਕਰ ਰਹੇ ਸੀ ਤੇ ਉਹਨਾਂ ਨੇ ਕੁਝ ਇੱਕ ਗੱਲਾਂ ਅਹਿਮ ਤੇ ਖਾਸ ਕੀਤੀਆਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਤੇਲੰਗਾਨਾ ਸਰਕਾਰ ਨੂੰ ਉਹਨਾਂ ਨੇ ਆੜੇ ਹੱਥੀ ਲਿਆ ਤੇ ਉਹਨਾਂ ਤੇ ਨਿਸ਼ਾਨੇ ਵਿੰਨੇ। ਦੂਸਰੀ ਗੱਲ ਆ। ਉਹ ਕਹਿੰਦੇ ਲੋਕ ਮੈਨੂੰ ਪੁੱਛਦੇ ਐ ਕਿ ਇੰਨੀ ਸਖਤ ਮਿਹਨਤ ਕਰਨ ਦੇ ਬਾਵਜੂਦ ਉਹ ਥੱਕਦੇ ਕਾਤੋਂ ਨਹੀਂ? ਉਹ ਕਹਿੰਦੇ ਮੈਂ ਕਿਵੇਂ ਥੱਕ ਸਕਦਾ ਹਾਂ? ਕਿਉਂਕਿ ਰੋਜ਼ਾਨਾ ਮੈਂ ਕਹਿੰਦੇ 2-3 ਕਿਲੋ ਗਾਲਾਂ ਖਾਨਾ ਤੇ ਪਰਮਾਤਮਾ ਦੀ ਮਰਤੇ ਬਖਸ਼ਿਸ਼ ਇੰਨੀ ਕਹ ਕਿ ਮੈਨੂੰ ਜੜੀਆਂ ਲੋਕ ਗਾਲਾਂ ਕੱਢਦੇ ਐ। ਉਹ ਮੇਰੇ ਪੋਸ਼ਣ ਦੇ ਵਿੱਚ ਬਦਲ ਜਾਂਦੀਆਂ ਨੇ ਖੁਰਾਕ ਦੇ ਵਿੱਚ ਬਦਲ ਜਾਂਦੀਆਂ ਨੇ ਹੁਣ ਇਹ ਆਪਣੇ ਆਪ ਦੇ ਵਿੱਚ ਗੱਲ ਉਹਨਾਂ ਨੇ ਬਹੁਤ ਵੱਡੀ ਆਖ ਦਿੱਤੀ ਐ ਪਰ ਇਹ ਨਾ ਸੋਚਿਓ ਕਿ ਤੁਸੀਂ ਵੀ ਰੋਜ਼ ਗਾਲਾਂ ਖਾਣ ਦੇ ਆਦੀ ਹੋ ਜਾਓ ਤੁਹਾਡੇ ਤੋਂ ਨਹੀਂ ਝੱਲੀਆਂ ਜਾਣੀਆਂ ਕਿਉਂਕਿ ਜਿਹੜੇ ਲੋਕ ਖਾਸ ਕਰਕੇ ਲੀਡਰ ਨੇ ਲੀਡਰ ਲੋਕਾਂ ਦੀ ਚਮੜੀ ਮੋਟੀ ਹੋ ਜਾਂਦੀ ਐ ਪਰ ਉਹ ਕਹਿੰਦੇ ਮੈਨੂੰ ਗਾਲਾਂ ਦੁੱਧ ਘਿਉ ਦੀਆਂ ਲਾਲਾਂ ਲੱਗਦੀਆਂ ਨੇ ਉਹਨਾਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕਿ ਚੰਦਰ ਸ਼ੇਖਰ ਰਾਓ ਦਾ ਪਾਵੇਂ ਨਾਮ ਤਾਂ ਨਹੀਂ ਲਿਆ ਪਰ ਉਹਨਾਂ ਦਾ ਨਾਮ ਲੈ ਬਗੈਰ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦੀ ਰਾਜਨੀਤੀ ਵਿੱਚ ਉਹਨਾਂ ਨੂੰ ਲਿਪਤ ਜ਼ਰੂਰ ਦੱਸਿਆ ਪ੍ਰਧਾਨ ਮੰਤਰੀ ਨੇ ਆਖਿਆ ਕਿ ਪਹਿਲਾਂ ਜਨਤਾ ਨਾ ਕੇ ਪਰਿਵਾਰ ਪਰ ਤੁਸੀਂ ਸਰਕਾਰ ਕੀ ਚਾਹੁੰਦੇ ਹੋ ਸੂਬੇ 'ਚ ਇਸ ਤਰ੍ਹਾਂ ਦੀ ਸਰਕਾਰ ਨਹੀਂ ਚਾਹੀਦੀ ਕਹਿੰਦੇ ਤੁਸੀਂ ਮੋਦੀ ਨੂੰ ਗਾਲਾਂ ਕੱਢ ਲਓ ਤੁਸੀਂ ਭਾਜਪਾ ਨੂੰ ਗਾਲਾਂ ਕੱਢ ਲਓ ਪਰ ਜੇਕਰ ਤੁਸੀਂ ਤੇਲੰਗਾਨਾ ਦੇ ਲੋਕਾਂ ਨੂੰ ਗਾਲਾਂ ਕੱਢਦੇ ਹੋ ਤਾਂ ਤੁਹਾਨੂੰ ਇਹਦੀ ਭਾਰੀ ਕੀਮਤ ਚੁਕਾਉਣੀ ਪਵੇਗੀ ਉਹਨਾਂ ਇਹ ਵੀ ਆਖਿਆ ਕਿ ਮੈਂ ਤੇਲੰਗਾਨਾ ਦੇ ਵਰਕਰਾਂ ਲਈ ਨਿੱਜੀ ਤੌਰ ਤੇ ਪ੍ਰਾਰਥਨਾ ਕਰਦਾ ਹਾਂ ਅਰਦਾਸ ਕਰਨਾ ਚਾਹੁੰਦਾ ਕਿ ਕੁਝ ਲੋਕ ਨਿਰਾਸ਼ਾ ਡਰ ਅਤੇ ਅੰਧਵਿਸ਼ਵਾਸ ਦੇ ਕਾਰਨ ਮੋਦੀ ਖਿਲਾਫ ਗਾਲਾਂ ਦੀ ਵਰਤੋਂ ਕਰਨਗੇ ਮੈਂ ਬੇਨਤੀ ਕਰਦਾ ਹਾਂ ਕਿ ਉਹਨਾਂ ਦੀਆਂ ਚਾਲਬਾਜ਼ੀਆਂ ਦੇ ਕਾਰਨ ਗੁੰਮਰਾਹ ਨਾ ਹੋਇਓ ਉਨਾ ਸੂਬਾ ਸਰਕਾਰ ਉੱਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕਰਨ ਦੇ ਵਿੱਚ ਜਾਣਬੁੱਝ ਕੇ ਅੜਿੱਕੇ ਖੜੇ ਕਰਨ ਦੇ ਦੋਸ਼ ਵੀ ਲਾਏ ਤੇ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਪੰਜਾਬ ਪੁਲਿਸ ਦੇ ਵੱਲੋਂ ਇੱਕ ਅਲਰਟ ਕੀਤਾ ਗਿਆ ਹੈ ਅਲਰਟ ਕਾਫੀ ਅਹਿਮ ਹੈ ਕਿ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਕਤਲ ਹੋਏ ਨੇ ਪਹਿਲਾ ਅੰਮ੍ਰਿਤਸਰ ਦੇ ਵਿੱਚ 4 ਨਵੰਬਰ ਨੂੰ ਸੁਧੀਰ ਸੂਰੀ ਦਾ ਕਤਲ ਹੋਇਆ ਬੀਤੇ ਵੀਰਵਾਰ ਨੂੰ ਕੋਟਪੂਰਾ ਦੇ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ ਹੋਇਆ ਉਦੇ ਤੋਂ ਬਾਅਦ ਵਿਰੋਧੀ ਵੀ ਤੇ ਕੁਝ ਆਮ ਲੋਕ ਵੀ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਸਵਾਲ ਖੜੇ ਕਰ ਰਹੇ ਆ ਹੋਣੇ ਵੀ ਚਾਹੀਦੇ ਨੇ ਤੇ ਨਾਲ ਖਾਸ ਕਰਕੇ ਇਹ ਵੀ ਆਖਿਆ ਜਾ ਰਿਹਾ ਕਿ ਕੁਝ Hindu ਆਗੂ ਨੇ ਉਹਨਾਂ ਦੀ ਸੁਰੱਖਿਆ ਖਾਤਰੇ ਵਿੱਚ ਹੈ ਜਿਸ ਨੂੰ ਲੈ ਕੇ ਪੁਲਿਸ ਕਾਫੀ ਚੌਕਸ ਦੱਸੀ ਜਾ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਖੁਫੀਆ ਏਜੰਸੀਆਂ ਨੇ ਕੁਝ ਇਨਪੁਟ ਦਿੱਤੇ ਆ ਕਿ ਕੁਝ ਅਤਵਾਦੀ ਵਿਅਕਤੀ ਕੁਝ ਉਹ ਲੋਕ ਜਿਹੜੇ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਉਹ ਪੱਤਰਕਾਰ ਦਾ ਭੇਸ ਬਣਾ ਕੇ ਇਹਨਾਂ ਲੋਕਾਂ ਤੇ ਹਮਲਾ ਕਰ ਸਕਦੇ ਆ ਉਹ ਪੁਲਿਸ ਦੀ ਵਰਦੀ ਪਾ ਕੇ ਇਹਨਾਂ ਲੋਕਾਂ ਤੇ ਹਮਲਾ ਕਰ ਸਕਦੇ ਆ ਤੁਹਾਨੂੰ ਯਾਦ ਹੋਣਾ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਜਾਂਚ ਵਿੱਚ ਵੀ ਇਹ ਗੱਲਾਂ ਦੋਵੇਂ ਨਿਕਲ ਕੇ ਸਾਹਮਣੇ ਆਈਆਂ ਸੀ ਸਾਹਮਣੇ ਆਇਆ ਸੀ ਕਿ ਜਾਂ ਤਾਂ ਪੱਤਰਕਾਰ ਬਣ ਕੇ ਨੇੜੇ ਜਾ ਕੇ ਹਮਲਾ ਕੀਤਾ ਜਾਵੇ ਜਾਂ ਫਿਰ ਪੁਲਿਸ ਦੀ ਵਰਦੀ ਪਾ ਕੇ ਹਮਲਾ ਕੀਤਾ ਜਾਵੇ ਪਰ ਉਹ ਦੋਵੇਂ ਸਕੀਮਾਂ ਫੇਲ ਹੋ ਗਈਆਂ ਸਨ ਤੇ ਹੁਣ ਆ ਜਦੋਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਇਹਦੇ ਤੋਂ ਬਾਅਦ ਪੁਲਿਸ ਕਾਫੀ ਚੌਕਸ ਦੱਸੀ ਜਾ ਰਹੀ ਹੈ ਤੇ ਅਲਰਟ ਵੀ ਉਹਨੇ ਕਰ ਦਿੱਤਾ ਹੈ ਲੁਧਿਆਣਾ ਪੁਲਿਸ ਨੇ ਕਈ Hindu ਆਗੂ ਨੂੰ ਇੱਥੋਂ ਤੱਕ ਆਖ ਦਿੱਤਾ ਕਿ ਤੁਸੀਂ ਕਿਸੇ ਨੂੰ ਇੰਟਰਵਿਊ ਨਹੀਂ ਦੇਣੀ ਜੇਕਰ ਕੋਈ ਪੱਤਰਕਾਰ ਤੁਹਾਡੇ ਨਾਲ ਇੰਟਰਵਿਊ ਕਰਨੀ ਚਾਹੁੰਦਾ ਤਾਂ ਪਹਿਲਾਂ ਸਬੰਧਤ ਥਾਣੇ ਤੋਂ ਉਸ ਨੂੰ ਮਨਜ਼ੂਰੀ ਲੈਣੀ ਪਵੇਗੀ ਇਹਦੇ ਤੋਂ ਇਲਾਵਾ ਵਾਰਨਾ ਤੇ ਚੁੰਬਕ ਬੰਬ ਵਰਤਨ ਦਾ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਪੁਲਿਸ ਨੇ ਇਹਨਾਂ ਆਗੂਆਂ ਨੂੰ ਵਾਹਨ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਦੇ ਹੇਠ ਰੱਖਣ ਵਾਸਤੇ ਆਖਿਆ ਇਹਦੇ ਤੋਂ ਇਲਾਵਾ ਹਰ ਸੂਰਤ ਦੇ ਵਿੱਚ ਥਾਣਾ ਪੁਲਿਸ ਨਾਲ ਉਹਨਾਂ ਨੂੰ ਆਖਿਆ ਕਿ ਸੰਪਰਕ ਬਣਾ ਕੇ ਰੱਖਿਆ ਜਾਵੇ ਤਾਂ ਕਿ ਤੁਹਾਡੀ ਜਾਨ ਨੂੰ ਕੋਈ ਖਤਰਾ ਨਾ ਪੈਦਾ ਹੋ ਸਕੇ ਕਿਉਂਕਿ ਜਦੋਂ ਆ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਦੋ ਕਤਲ ਹੋ ਗਏ ਨੇ ਕਤਲਾਂ ਤੋਂ ਬਾਅਦ ਕੁਝ ਗੈਂਗਸਟਰਾਂ ਦੇ ਵੱਲੋਂ ਜਾਂ ਅਤਵਾਦੀਆਂ ਦੇ ਵੱਲੋਂ ਕੁਝ ਜ਼ਿੰਮੇਵਾਰੀਆਂ ਲੈਣੀਆਂ ਅਤੇ ਨਾਲ ਇਹ ਕਹਿਣਾ ਕਿ ਅਗਲਾ ਨੰਬਰ ਫਲਾਣੀ ਦਾ ਹੈ ਉਹ ਪੋਸਟਾਂ ਤੋਂ ਬਾਅਦ ਪੁਲਿਸ ਜ਼ਿਆਦਾ ਚੌਕਸ ਦੱਸੀ ਜਾ ਰਹੀ ਹੈ ਕੁਝ ਕੁ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਵੀ ਕੀਤੀ ਸੀ ਕਿ 6 ਹਿੰਦੂ ਆਗੂ ਸੀ ਜਿਨ੍ਹਾਂ ਨੂੰ ਬੁਲੇਟ ਪ੍ਰੂਫ ਜੈਕਟਾਂ ਵੀ ਦਿੱਤੀਆਂ ਸਨ ਉਹਨਾਂ ਵਿੱਚੋਂ ਇੱਕ ਗੁਰਸਿਮਰਨ ਮੰਡ ਵੀ ਹੈ ਜਾਣਕਾਰੀ ਮਿਲੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਇਨਪੁਟ ਮਿਲੇ ਨੇ ਕਿ ਹਮਲਾਵਰ ਪੱਤਰਕਾਰਾਂ ਦੀ ਜਾਂ ਪੁਲਿਸ ਦੀ ਵਰਦੀ ਵਿੱਚ ਆ ਸਕਦੇ ਆ ਇਸ ਵਾਸਤੇ ਇਹਨਾਂ ਆਗੂ ਨੂੰ ਨਿਰਦੇਸ਼ ਦਿੱਤੇ ਆ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ ਦੇ ਨਾਲ ਛੇਤੀ ਕੀਤੀਆਂ ਗੱਲਾਂ ਨਾ ਕਰਨ। ਛੇਤੀ ਕੀਤੀਆਂ ਗੱਲਾਂ ਨਾ ਕਰਨ ਕੋਈ ਐਵੇਂ ਇੰਟਰਵਿਊ ਨਾ ਦੇਣ ਲੱਗ ਜਾਣ। ਤੇ ਦੂਸਰੇ ਪਾਸੇ ਅਮਿਤ अरोड़ा ਦਾ ਕਹਿਣਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਅਲਰਟ ਕੀਤਾ ਹੈ ਕਿ ਪੱਤਰਕਾਰ ਦੇ ਪੇਸ ਵਿੱਚ ਉਹਨਾਂ ਕੋਲ ਕੋਈ ਵੀ ਆ ਸਕਦਾ ਹੈ ਅਤੇ ਵਾਹਨਾਂ ਦੇ ਉੱਤੇ ਚੁੰਬਕ ਬੰਬ ਵਰਤੇ ਜਾ ਸਕਦੇ ਨੇ ਇਸ ਵਾਸਤੇ। ਉਹਨਾਂ ਨੇ ਹੁਣ ਉਚੇਚੇ ਤੌਰ ਤੇ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਪੁਲਿਸ ਕਿਸੇ ਵੀ ਤਰ੍ਹਾਂ ਦਾ ਖਤਰਾ ਇਸ ਵਕਤ ਮੁੱਲ ਲੈਣਾ ਨਹੀਂ ਚਾਹੁੰਦੀ। ਪਰ ਫਿਰ ਬੇਨਤੀ ਹੈ ਕਿ ਇਨਪੁਟ ਜਰੂਰ ਮਿਲੇ ਹੋਣਗੇ ਇਸ ਤਰੀਕੇ ਨਾਲ ਹਮਲੇ ਵੀ ਹੋ ਸਕਦੇ ਆ ਪਰ ਉਹ ਭਾਵੇਂ ਅਮਿਤ ਅਰੋੜਾ ਤੇ ਭਾਵੇਂ ਕੋਈ ਹੋਰ ਹੈ ਕਿਰਪਾ ਕਰਕੇ ਆਪਣੀ ਜ਼ੁਬਾਨ ਨੂੰ ਆਪਣੇ ਕਾਬੂ ਚ ਰੱਖੋ ਸ਼ਾਇਦ ਤੁਹਾਡੀ ਵੀ ਜਾਨ ਬਚੀ ਰਹੂ ਅਤੇ ਪੰਜਾਬ ਦੀ ਸ਼ਾਂਤੀ ਵੀ ਤੇ ਅਗਲੀ ਗੱਲ ਕਰਦੇ ਆ ਕਿ ਅਸਲ ਦੇ ਵਿੱਚ ਜਿਸ ਨੂੰ ਲੈ ਕੇ ਚੌਕਸ ਹੋਈਆ ਪੁਲਿਸ ਉਹ ਬੀਤੇ ਦਿਨਾਂ ਤੋਂ ਜਿਹੜਾ ਵੀ ਕਤਲ ਹੋ ਜਾਂਦਾ ਉਹਦੀ ਕੋਈ ਨਾ ਕੋਈ ਬੰਦਾ ਜ਼ਿੰਮੇਵਾਰੀ ਵੀ ਲੈ ਲੈਂਦਾ ਹੁਣ ਸਿੱਧੂ ਮੂਸੇਵਾਲਾ ਦਾ ਜਿਸ ਨੇ ਕਤਲ ਕਰਵਾਇਆ ਜਿਸ ਨੂੰ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ 골ਡੀ ਬਰਾੜ ਡੇਰਾ ਪ੍ਰੇਮੀ ਦੇ ਕਤਲ ਤੋਂ ਤੁਰੰਤ ਬਾਅਦ ਜ਼ਿੰਮੇਵਾਰੀ ਲਈ ਸੀ 골ਡੀ ਬਰਾੜ ਨੇ ਤੇ ਹੁਣ ਇਸੇ ਤਰ੍ਹਾਂ ਦੀ ਇੱਕ ਈਮੇਲ ਉਹਦੇ ਹਵਾਲੇ ਨਾਲ ਹੀ ਆਈ ਹੈ ਗੁਰਸਿਮਰਨ ਮੰਡ ਨੂੰ ਆਪਾਂ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਵੀ ਇਸ ਦਾ ਸੰਖੇਪ ਜ਼ਿਕਰ ਕੀਤਾ ਸੀ ਪਰ ਪਤਾ ਲੱਗਿਆ ਕਿ ਉਸ ਈਮੇਲ ਤੋਂ ਬਾਅਦ ਪੁਲਿਸ ਨੇ ਮੰਡ ਨੂੰ ਉਹਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਕਿ ਨਾ ਕਿਤੇ ਆਉਣਾ ਹੈ ਤੇ ਨਾ ਕਿਤੇ ਜਾਣਾ ਹੈ। 골ਡੀ ਬਰਾੜ ਦੇ ਨਾਮ ਤੋਂ ਇਹ ਵੀ ਪਤਾ ਲੱਗਿਆ ਕਿ ਮੰਡ ਨੂੰ ਲਗਾਤਾਰ ਧਮਕੀਆਂ ਵੱਲ ਰਹੀਆਂ ਨੇ ਤੇ ਮੰਡ ਨੇ ਉਹਨਾਂ ਸਾਰੀਆਂ ਧਮਕੀਆਂ ਦੇ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਵੀ ਕੀਤਾ ਜਾਣਕਾਰੀ ਵੀ ਦਿੱਤੀ ਹੈ। ਧਮਕੀਆਂ ਮਿਲਣ ਤੋਂ ਬਾਅਦ ਮੰਡ ਨੂੰ ਉਹਦੇ ਘਰ ਦੇ ਵਿੱਚ ਹੀ ਇਸ ਵਕਤ ਨਜ਼ਰਬੰਦ ਕੀਤਾ ਹੋਇਆ ਹੈ। ਜਾਣਕਾਰੀ ਮਿਲੀ ਕਿ ਬੀਤੀ ਦੇਰ ਰਾਤ ਮੰਡ ਨੂੰ 10:29 ਮਿੰਟ ਤੇ ਇਹ ਧਮਕੀ ਭਰੀ ਈਮੇਲ ਆਈ ਮੰਡ ਦੇ ਘਰ ਦੇ ਬਾਹਰ ਵੀ ਸਖਤ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਗਏ ਆ ਹੁਣ ਪਤਾ ਨਹੀਂ ਈਮੇਲ ਖੋਲ ਕੇ ਬੈਠਾ ਰਹਿੰਦਾ ਰਾਤ ਨੂੰ ਆਮ ਤੌਰ ਤੇ ਬਹੁਤੇ ਲੋਕ 10:29 ਮਿੰਟ ਭਾਵ 10:30 ਵਜੇ ਪੰਜਾਬ ਚ ਸੌ ਜਾਂਦੇ ਆ ਪਰ ਈਮੇਲ ਮਿਲਣ ਤੋਂ ਬਾਅਦ ਇਹਨੇ ਪੁਲਿਸ ਨੂੰ ਸੂਚਨਾ ਦਿੱਤੀ ਇਹਦੇ ਤੋਂ ਇਲਾਵਾ ਅਧਿਕਾਰੀਆਂ ਦੇ ਵੱਲੋਂ ਜਿੱਥੇ ਉਹਨੂੰ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਘਰ ਦੇ ਵਿੱਚ ਚੌਕਸੀ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਆ ਉੱਥੇ ਅਧਿਕਾਰੀਆਂ ਦੇ ਵੱਲੋਂ ਆਚੰਚਿਤ ਚੈਕਿੰਗ ਵੀ ਕੀਤੀ ਜਾ ਰਹੀ ਹੈ ਈਮੇਲ ਦੇ ਵਿੱਚ ਲਿਖਿਆ ਗਿਆ ਕਿ ਮੰਡ ਤੂੰ ਗਲਤ ਬੋਲਣ ਤੋਂ ਆਵਾਜ਼ ਨਹੀਂ ਆ ਰਿਹਾ ਤੇਰੇ ਨਾਲ ਵੀ ਪ੍ਰਦੀਪ ਬਾਗੀ ਕਰਾਂਗੇ ਉਹੀ ਕਰਨੀ ਪਵੇਗੀ ਅਸੀਂ ਤੈਨੂੰ ਮੁਆਫ ਨਹੀਂ ਕਰਾਂਗੇ ਤੂੰ ਸਾਡੇ ਸਿੱਖ ਧਰਮ ਦਾ ਦੋਸ਼ੀ ਐ ਇੱਕ ਗੱਲ ਮੇਰੀ ਯਾਦ ਰੱਖੀ ਕਿ ਤੈਨੂੰ ਜ਼ਰੂਰ ਮਾਰਾਂਗੇ ਇਹ ਸਾਡਾ ਤੈਨੂੰ ਚੈਲੰਜ ਐ ਅਸੀਂ ਉਸ ਹਰ ਵਿਅਕਤੀ ਨੂੰ ਠੋਕਾਂਗੇ ਜਿਹੜਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਗਲਤ ਬੋਲਦਾ ਹੈ ਮੰਡ ਹੁਣ ਤੂੰ ਵੀ ਤਿਆਰ ਹੈ ਅਗਲਾ ਨੰਬਰ 13 ਦੱਸਣਾ ਬਣਦਾ ਕਿ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਗੋਲਡੀ ਬਰਾੜ ਨਹੀਂ ਲਈ ਸੀ ਤੇ ਉਹਦੇ ਤੋਂ ਬਾਅਦ ਤਿੰਨ ਗ੍ਰਿਫਤਾਰੀਆਂ ਹੋ ਗਈਆਂ ਤੇ ਕੁੱਲ 6 ਵਿਅਕਤੀ ਸਨ ਜਿਨ੍ਹਾਂ ਨੇ 60 ਗੋਲੀਆਂ ਚਲਾਈਆਂ ਸੀ ਤੇ ਪ੍ਰਦੀਪ ਦਾ ਕਤਲ ਕਰ ਦਿੱਤਾ ਸੀ ਅੰਨੇ ਵਾ ਗੋਲੀਆਂ ਚੱਲੀਆਂ ਸੀ ਹੁਣ ਕੁਝ ਵੀ ਹੋਵੇ গোল্ডি बराड़ ਦੇ ਨਾਂ ਤੇ ਹੋ ਸਕਦਾ ਬਹੁਤ ਸਾਰੇ ਲੋਕ ਵੀਤਾ ਮੱਕੀਆਂ ਦੇਈ ਜਾਂਦੇ ਹੁਣ ਪਰ গোল্ডি बराड़ ਨੇ ਕਦੇ ਉਹਨਾਂ ਦੀ ਨਿੰਦਿਆ ਨਹੀਂ ਕੀਤੀ ਕਿ ਇਹ ਮੇਰੇ ਵੱਲੋਂ ਨਹੀਂ ਸ਼ਰਿਆਮ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਨੇ ਉਹ ਭਾਵੇਂ ਆਪਾਂ ਜ਼ਿਕਰ ਕਰ ਰਹੇ ਹਾਂ प्रदीप ਜਿਹੜਾ ਕਿ ਡੇਰਾ ਪ੍ਰੇਮੀ ਸੀ ਉਹਦੇ ਕਤਲकांड ਦਾ ਤੇ ਉਹਦੀ ਜ਼ਿੰਮੇਵਾਰੀ ਵੀ গোল্ডি बराड़ ਨੇ ਉੱਥੇ ਵੀ ਆਖਿਆ ਸੀ ਕਿ 7 ਸਾਲ ਹੋ ਗਏ ਸਰਕਾਰਾਂ ਦੇ ਮੂੰਹ ਵੱਲ ਵੇਖਦਿਆਂ ਇਨਸਾਫ ਵਾਸਤੇ ਤੇ ਅੱਜ ਅਸੀਂ ਇਨਸਾਫ ਕਰ ਦਤਾਂ ਤੇ ਫਾਇਰਿੰਗ ਦੇ ਵਿੱਚ ਜਿਸ ਪੁਲਿਸ ਕਰਮਚਾਰੀ ਨੂੰ ਗੋਲੀ ਲੱਗੀ ਸਾਨੂੰ ਉਹਦਾ ਦੁੱਖ ਹੈ ਪਰ ਪਰ ਸਿਰਫ ਤਨਖਾਹ ਦੇ ਲਈ ਗੁਰੂ ਸਾਹਿਬ ਦੇ ਦੁਸ਼ਮਣ ਦੀ ਰੱਖਿਆ ਕਰਨਾ ਨਮੋਸ਼ੀ ਵਾਲੀ ਗੱਲ ਹੈ ਜੋ ਵੀ ਕਿਸੇ ਧਰਮ ਦੀ ਬੇਅਦਬੀ ਕਰੇਗਾ ਅੱਗੇ ਸਿੱਖ ਤਰਫ ਤੋਂ ਅਗਲੀ ਵੀ ਗੱਲ ਕੀਤੀ ਸੀ ਕਿ ਜੋ ਵੀ ਕਿਸੇ ਧਰਮ ਦੀ ਬੇਅਦਬੀ ਕਰੇਗਾ ਉਹਦਾ ਇਹੀ ਹਾਲ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀ ਉਹ ਧਮਕੀ ਲਿਖੀ ਗਈ ਸੀ ਪਰ ਹੁਣ ਆ ਤਾਜ਼ਾ ਈਮੇਲ ਆਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਹੜਕੰਪ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਅਸਲ ਦੇ ਵਿੱਚ ਕਿੱਥੋਂ ਇਹ ਲਿਖੀ ਗਈ ਕਿਵੇਂ ਆਈ ਤੇ ਇਹਦੇ ਬਾਬਤ ਦੇਖਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਜਾਣਕਾਰੀ ਮਿਲਦੀ ਹੈ ਅਗਲੀ ਖਬਰ ਹੈ ਜੜੀ ਸ਼ਰਾਬ ਦੇ ਠੇਕੇਦਾਰਾਂ ਨੇ ਬੀਤੇ ਦਿਨੀ ਇੱਕ ਪ੍ਰੋਗਰਾਮ 'ਚ ਖਲਲ ਪਾਈ ਸੀ ਅਮਰਸਰ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਸੀ ਐਨ ਆਰ ਆਈ ਸੰ ਪੰਜਾਬੀ ਪ੍ਰਵਾਸੀ ਸੀ ਵਿਆਹ ਦੇ ਵਿੱਚ ਗੁੰਡਾਗਰਦੀ ਦਾ ਨਾਚ ਕੀਤਾ ਗਿਆ ਸੀ ਸ਼ਰਾਬ ਦੇ ਠੇਕੇਦਾਰਾਂ ਦੇ ਵੱਲੋਂ ਤੇ ਉਹਨਾਂ ਦੇ ਉੱਤੇ ਹੁਣ ਸਖਤ ਕਾਰਵਾਈ ਕਰਨ ਦੀ ਹਦਾਇਤ ਕਰ ਦਿੱਤੀ ਹੈ। ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ। ਕੁਲਦੀਪ ਸਿੰਘ ਧਾਲੀਵਾਲ ਕਹਿੰਦੇ ਕਿ ਕਿਸੇ ਵੀ ਸ਼ਰਾਬ ਦੇ ਕਾਰੋਬਾਰੀ ਨੂੰ ਠੇਕੇਦਾਰ ਨੂੰ ਕੋਈ ਇਸ ਤਰ੍ਹਾਂ ਦਾ ਅਧਿਕਾਰ ਨਹੀਂ ਕਿ ਉਹ ਕਿਸੇ ਦੇ ਵਿਆਹ ਸਮਾਗਮ ਵਿੱਚ ਜਾਵੇ ਤੇ ਉੱਥੇ ਖਲਲ ਪਾ ਦੇਵੇ। ਉਹ ਕਹਿੰਦੇ ਜੇ ਕੋਈ ਜਾਂਚ ਕਰਨੀ ਹੈ ਤਾਂ ਉਹਦੇ ਢੰਗ ਤਰੀਕੇ ਹੋਰ ਨੇ। ਉਹ ਕਹਿੰਦੇ ਜੇਕਰ ਠੇਕੇਦਾਰ ਨੂੰ ਕੋਈ ਨਜਾਇਜ਼ ਸ਼ਰਾਬ ਦੀ ਸੂਹ ਮਿਲੀ ਹੈ ਤਾਂ ਉਹ ਅਕਸਾਈਜ਼ ਵਿਭਾਗ ਕੋਲ ਜਾਵੇ। ਸਤਾਰਕ ਪੁਲਿਸ ਨੂੰ ਨਾਲ ਲੈ ਕੇ ਉਹਦੀ ਜਾਂਚ ਕਰਵਾਵੇ ਪਰ ਉਹਦੇ ਗੁੰਡੇ ਅਜਿਹੇ ਮੌਕਿਆਂ ਦੇ ਉੱਤੇ ਲੋਕਾਂ ਦੇ ਪ੍ਰੋਗਰਾਮਾਂ 'ਚ ਜਾ ਕੇ ਖਲਲ ਨਹੀਂ ਪਾ ਸਕਦੇ ਅਤੇ ਨਾਲ ਨਾ ਕਹਿੰਦੇ ਅਸੀਂ ਖਲਲ ਪਾਉਣ ਦੇਾਂਗੇ ਮੁੱਖ ਮੰਤਰੀ ਪੰਜਾਬ ਦੀ ਤਰਫੋਂ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦਾ ਉਹਨਾਂ ਨੇ ਭਰੋਸਾ ਵੀ ਦਿੱਤਾ ਅਤੇ ਉਚੇਚੇ ਤੌਰ ਤੇ ਉਹਨਾਂ ਦੇ ਘਰ ਪਹੁੰਚੇ ਕੁਲਦੀਪ ਸਿੰਘ ਢਾਲੀਵਾਲ ਤੇ ਬਾਅਦ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਢਾਲੀਵਾਲ ਸਾਹਿਬ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਕਿਸੇ ਨਾਲ ਬੇਇਨਸਾਫੀ ਨਹੀਂ ਹੋਏਗੀ ਅਤੇ ਇਸ ਮਾਮਲੇ ਦੇ ਵਿੱਚ ਵੀ ਇਨਸਾਫ ਕੀਤਾ ਜਾਏਗਾ। ਉਹ ਕਹਿੰਦੇ ਦੋਸ਼ੀ ਕਥਤ ਕੋਈ ਵੀ ਹੋਵੇ ਕਿੰਨਾ ਹੀ ਵੱਡਾ ਕੋਈ ਬਦਵਾਸ਼ਨਾ ਕਹਾਉਂਦਾ ਹੋਵੇ ਕਿੰਨਾ ਹੀ ਵੱਡਾ ਆਪਣੇ ਆਪ ਨੂੰ ਢਣਾੜ ਕਿਉਂ ਨਾ ਸਮਝਦਾ ਹੋਵੇ। ਉਹਨਾਂ ਨੇ ਇਹ ਵੀ ਉਚੇਚੇ ਤੌਰ ਤੇ ਆਖਿਆ ਕਿ ਪ੍ਰਵਾਸੀ ਪੰਜਾਬੀਆਂ ਦੀ ਪੰਜਾਬ ਦੇ ਵਿਕਾਸ ਦੇ ਵਿੱਚ ਵੱਡੀ ਭੂਮਿਕਾ ਹੈ ਅਤੇ ਸਾਡੀ ਕੋਸ਼ਿਸ਼ ਇਹਨਾਂ ਨੂੰ ਮੁੜ ਆਪਣੀਆਂ ਜੜਾਂ ਨਾਲ ਜੋੜਨ ਦੀ ਹੈ ਨਾ ਕਿ ਤੋੜਨ ਦੀ। ਕਿਉਂਕਿ ਜੇ ਇਸ ਤਰੀਕੇ ਨਾਲ ਉੱਥੇ ਗੁੰਡਾਗਰਦੀ ਹੋਣ ਲੱਗੀ ਕਿਹੜਾ ਬੰਦਾ ਜਾਊਗਾ ਕਿ ਵਿਆਹ ਕਰ ਲਈਏ ਜਾ ਕੇ ਪੰਜਾਬ ਚ ਇਹ ਗੁੰਡਾ ਤੰਤਰ ਸਾਡੇ ਤੋਂ ਪਹਿਲੇ ਰਾਜ ਦੇ ਵਿੱਚ ਕਹਿੰਦੇ ਬਹੁਤ ਸਾਰੀਆਂ ਪਾਰਟੀਆਂ ਦੀ ਦੇਣ ਹੈ ਉਹਨਾਂ ਦੀ ਸ਼ਾਇਦ ਹੀ ਉੱਤੇ ਇਹ ਲੋਕ ਪੜਦੇ ਰਹੇ ਹੈ ਪਰ ਕਹਿੰਦੇ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਅਸੀਂ ਇਸ ਗੁੰਡਾ ਤੰਤਰ ਨੂੰ ਜੜੋਂ ਪੁੱਟਣ ਦਾ ਫੈਸਲਾ ਕੀਤਾ ਹੈ ਤੇ ਨਾਲ ਇਹਨੂੰ ਜੜੋਂ ਪੁੱਟ ਕੇ ਕਹਿੰਦੇ ਅਸੀਂ ਸਾਹ ਵੀ ਲਵਾਂਗੇ ਤੇ ਗੱਲ ਕਰਦਿਆਂ ਕਰਦਿਆਂ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਵੀ ਕਿਹਾ ਕਿ ਇਸ ਕੇਸ ਦੇ ਵਿੱਚ ਅਜਹੀ ਸਜ਼ਾ ਦੋਸ਼ੀਆਂ ਨੂੰ ਦਿੱਤੀ ਜਾਏਗੀ ਕਿ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਕਰਨ ਦਾ ਹੌਸਲਾ ਨਹੀਂ ਕਰੇਗਾ। ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਨੇ ਇਸ ਕੇਸ ਦੀ ਜਾਂਚ ਕੀਤੀ ਹੈ ਤੇ ਜਾਂਚ ਕਰ ਰਿਹਾ ਨੌਜਵਾਨ ਅਧਿਕਾਰੀ ਅਭਿਮਨਿਊ ਰਾਣਾ ADCP City 3 ਉਹਨਾਂ ਦੀ ਅਗਵਾਈ ਦੇ ਹੇਠ ਕਾਰਵਾਈ ਕਰਕੇ 12 ਕਥਿਤ ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਅਤੇ ਜਿਹੜੇ ਬਾਕੀ ਰਹਿੰਦੇ ਐ ਉਨ੍ਹਾਂ ਦੇ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਵੀ ਗ੍ਰਿਫਤਾਰ ਕਰ ਲੈ ਜਾਣਗੇ ਰੰਧਾਵਾ ਪਰਿਵਾਰ ਨੂੰ ਢਾਰਸ ਦਿੰਦੇ ਹੋਏ ਉਹਨਾਂ ਨੇ ਸਪਸ਼ਟ ਕੀਤਾ ਕਿ ਜੇਕਰ ਇਸ ਕੇਸ ਦੇ ਵਿੱਚ ਕਿਸੇ ਪੁਲਿਸ ਅਧਿਕਾਰੀ ਦੀ ਵੀ ਸ਼ਮੂਲੀਅਤ ਸਾਹਮਣੇ ਆ ਗਈ ਤਾਂ ਠੋਕਵੀਂ ਕਾਰਵਾਈ ਉਹਨਾਂ ਦੇ ਖਿਲਾਫ ਵੀ ਕੀਤੀ ਜਾਊਗੀ ਉਹ ਕਹਿੰਦੇ ਮੈਂ ਖੁਦ ਵਿਦੇਸ਼ ਦੀ ਧਰਤੀ ਦੇ ਉੱਤੇ ਲੰਬਾ ਸਮਾਂ ਰਹਿ ਕੇ ਆਇਆ ਤੇ ਇਸ ਘਟਨਾ ਦੇ ਵਿੱਚ ਜੋ ਦੁੱਖ ਉਹਨਾਂ ਨੂੰ ਲੱਗਿਆ ਉਹਨੂੰ ਮੈਂ ਬਹੁਤ ਨੇੜਿਓਂ ਕਹਿੰਦੇ ਮਹਿਸੂਸ ਕਰ ਰਿਹਾ ਹਾਂ ਉਹਨਾਂ ਨੇ ਇਹ ਵੀ ਆਖਿਆ ਕਿ ਇਸ ਘਟਨਾ ਦਾ ਪਤਾ ਲੱਗਦੇ ਮੈਂ ਪਹਿਲਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਫੋਨ ਕੀਤਾ ਫਿਰ ਡੀਜੀਪੀ ਪੰਜਾਬ ਦੇ ਨਾਲ ਇਸ ਮਸਲੇ ਤੇ ਗੱਲਬਾਤ ਕੀਤੀ ਜਿਸ ਤੇ ਨਤੀਜੇ ਵਜੋਂ ਏਡੀਜੀਪੀ ਅਰਪਿਤ ਸ਼ਕਲਾ ਨੂੰ ਜਾਂਚ ਦੇ ਆਦੇਸ਼ ਦਿੱਤੇ ਉਹਨਾਂ ਦੱਸਿਆ ਕਿ ਕੱਲ ਮੈਂ ਆបਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਆਹ ਜਿਹੜਾ ਸ਼ਰਾਬ ਦੇ ਠੇਕੇਦਾਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਵਧੇਕੀਆਂ ਨੇ ਇਹਦੇ ਬਾਬਤ ਉਚੇਚੇ ਤੌਰ ਤੇ ਗੱਲਬਾਤ ਕੀਤੀ ਹੈ ਅਤੇ ਹੁਣ ਅਸੀਂ ਇਹ ਗੁੰਡਾਗਰਦੀ ਹੋਰ ਨਹੀਂ ਚੱਲਣ ਦੇਵਾਂਗੇ ਚੱਲ ਲਈ ਕਹਿੰਦੇ ਜਿਹੜੀ ਪਹਿਲਾਂ ਚੱਲਣੀ ਸੀ ਇਸ ਮੌਕੇ ਪਰਿਵਾਰ ਦੇ ਮੈਂਬਰ ਕਮਰਦੀਪ ਸਿੰਘ ਮਿੱਠੂ ਅਤੇ ਲੜਕੇ ਦੀ ਮਾਤਾ ਸ਼੍ਰੀਮਤੀ ਜਸਕਰਨ ਕੌਰ ਨੇ ਜਿਹੜੀ ਹੁਣ ਤੱਕ ਪੁਲਿਸ ਨੇ ਕਾਰਵਾਈ ਕੀਤੀ ਆ ਜਾਂਚ ਕੀਤੀ ਆ ਉਹਤੇ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ ਅਤੇ ਉਹਨਾਂ ਨੇ ਇਹ ਵੀ ਆਖਿਆ ਕਿ ਸੂਰੀ ਕਤਲ ਕੇਸ ਤੋਂ ਬਾਅਦ ਪੁਲਿਸ ਨੇ ਜਿਸ ਤਰੀਕੇ ਨਾਲ ਸਾਡੇ ਕੇਸ ਦੇ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਹੈ ਉਹਦੇ ਤੋਂ ਸਾਨੂੰ ਇਨਸਾਫ ਦੀ ਪੂਰੀ ਆਸ ਵੱਜ ਗਈ ਹੈ ਉਹਨਾਂ ਇਹ ਵੀ ਆਖਿਆ ਕਿ ਅਸੀਂ ਪੁਲਿਸ ਨਾਲ ਜਾਂਚ ਵਿੱਚ ਬਰਾਬਰ ਸਹਿਯੋਗ ਵੀ ਕਰ ਰਹੇ ਹਾਂ ਅਤੇ ਅੱਜ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਜਦੋਂ ਸਾਨੂੰ ਆ ਕੇ ਮਿਲੇ ਸਾਨੂੰ ਹੌਸਲਾ ਦਿੱਤਾ ਇਹਦੇ ਨਾਲ ਉਹ ਕਹਿੰਦੇ ਅਸੀਂ ਮਾਨਸਿਕ ਤੌਰ ਤੇ ਵੀ ਮਜ਼ਬੂਤ ਹੋ ਗਏ ਹਾਂ ਤੇ ਉਸ ਮੌਕੇ ਉਹਨਾਂ ਦੇ ਨਾਲ ਐਸਟੀਐਮ ਹਰਪ੍ਰੀਤ ਸਿੰਘ ਏਡੀਸੀਪੀ ਸਿਟੀ 3 ਅਭਿਮਨਿਉ ਰਾਣਾ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ ਵੇਖਦੇ ਹਾਂ ਕਿ ਕੌਣ ਕੌਣ ਦੋਸ਼ੀ ਪਾਇਆ ਜਾਂਦਾ ਤੇ ਕਿਹੜੇ ਕਿਹੜੇ ਕਦੋਂ-ਕਦੋਂ ਗ੍ਰਿਫਤਾਰ ਕਰ ਲੈ ਜਾਂਦੇ ਨੇ ਅਗਲੀ ਗੱਲ ਹੈ ਕਿ ਪੁਲਿਸ ਦੇ ਉੱਤੇ ਦਾਗਦਾਰ ਖਾਕੀ ਨੂੰ ਕਰਨਦੇ ਹਮੇਸ਼ਾ ਦੋਸ਼ ਲੱਗਦੇ ਰਹਿੰਦੇ ਨੇ ਪਰ ਸਾਰੇ ਦਾਗੀ ਨਹੀਂ ਸਾਰੇ ਬੇਈਮਾਨ ਨਹੀਂ ਤੇ ਸਾਰੇ ਇਮਾਨਦਾਰ ਵੀ ਨਹੀਂ ਆ ਬੀਤੇ ਇੱਕ ਹਫ਼ਤੇ ਦੇ ਵਿੱਚ ਹੀ ਕਦੇ ਵੱਡਾ ਥਾਣੇਦਾਰ ਕਦੇ ਛੋਟਾ ਥਾਣੇਦਾਰ ਕਦੇ ਥਾਣੇਦਾਰ ਨਹੀਂ ਰਿਸ਼ਵਤ ਲੈਣ ਦੀਆਂ ਤਕਰੀਬਨ ਤਕਰੀਬਨ ਰੋਜ਼ ਖ਼ਬਰਾਂ ਮਿਲਦੀਆਂ ਨੇ ਹੁਣ ਵੀ ਥਾਣਾ ਕੁਲਗੜੀ ਦਾ ਥਾਣੇਦਾਰ ਆਰਪਿੰਦਰ ਪਾਲ ਸਿੰਘ ਵਿਜੀਲੈਂਸ ਬਿਊਰੋ ਦੇ ਵੱਲੋਂ ਉਹਨੂੰ 70000 ਰੁਪਏ ਰਿਸ਼ਵਤ ਲੈਣ ਅਤੇ 30000 ਰੁਪਏ ਹੋਰ ਮੰਗਣ ਦੇ ਦੋਸ਼ ਅਦੀਨ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਦਿੱਤੀ ਹੈ ਇਸ ਸੰਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ। ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਗਗਨਦੀਪ ਸਿੰਘ ਜਿਸ ਦਾ ਪਿੰਡ ਕਾਸੂ ਬੇਗੂ ਜ਼ਿਲ੍ਹਾ ਫਿਰੋਜ਼ਪੁਰ ਹੈ। ਉਹਨਾਂ ਨੇ ਮੁੱਖ ਮੰਤਰੀ ਦੀ ਜਿਹੜੀ ਭ੍ਰਿਸ਼ਟਾਚਾਰ ਵਿਰੋਧੀ ਹੈਲਪ ਲਾਈਨ ਹੈ ਕੌਸ ਹੈਲਪਲਾਈਨ ਦੇ ਉੱਤੇ ਇਸ ਥਾਣੇਦਾਰ ਰੁਪਿੰਦਰਪਾਲ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਸ਼ਿਕਾਇਤ ਮਿਲਣ ਦੇ ਉੱਤੇ ਸਬੂਤਾਂ ਦੀ ਜਾਂਚ ਕੀਤੀ ਗਈ ਪੜਤਾਲ ਕੀਤੀ ਗਈ ਤੇ ਜਾਂਚ ਪੜਤਾਲ ਦੇ ਦੌਰਾਨ ਇਹ ਪਾਇਆ ਗਿਆ ਕਿ ਪਿੰਡ ਦੇ ਇਸੇ ਹੀ ਰਹਿਣ ਵਾਲੇ ਮੇਜਰ ਸਿੰਘਾਂ ਦੇ ਉੱਤੇ ਪੁੱਤਰ ਉਹਦੇ ਖਿਲਾਫ ਥਾਣਾ ਕੁਲਗੜੀ ਦੇ ਵਿੱਚ ਇੱਕ ਮੁਕੱਦਮਾ ਦਰਜ ਸੀ ਮੁਕੱਦਮੇ ਦੀ ਤਫ਼ਤੀਸ਼ ਐਸਐਚਓ ਇਹ ਜਿਹੜਾ ਫੜਿਆ ਹੈ ਇਹਦੇ ਵੱਲੋਂ ਕੀਤੀ ਜਾ ਰਹੀ ਸੀ ਉਨੇ ਇਸ ਮੁਕਦਮੇ ਵਿੱਚ ਉਹਨਾਂ ਦੀ ਮਦਦ ਕਰਨ ਤੇ ਪੁਲਿਸ ਕੇਸ ਨਾਂ ਦਰਜ ਤੇ ਕਰਨ ਦੇ ਬਦਲੇ ਆ ਪੈਸੇ ਦੀ ਆ ਰਿਸ਼ਵਤ ਦੀ ਮੰਗ ਕੀਤੀ ਤੇ ਥਾਣੇਦਾਰ ਨੇ ਇਹ ਵੀ ਪਤਾ ਲੱਗਿਆ ਕਿ ਸ਼ਿਕਾਇਤ ਕਰਤਾ ਤੋਂ 70000 ਰੁਪਏ ਰਿਸ਼ਵਤ ਦੇ ਰੂਪ ਵਿੱਚ ਪਹਿਲਾਂ ਹੀ ਲੈ ਲਈ ਸੀ ਜਦੋਂ ਜਾਂਚ ਕੀਤੀ ਗਈ ਇਹ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਇਸ ਥਾਣੇਦਾਰ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਮਕਦਮਾ ਦਰਜ ਕਰਨ ਤੋਂ ਬਾਅਦ ਥਾਣੇਦਾਰ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ ਤੁਸੀਂ ਦੇਖ ਲਓ ਕਿ ਹਰ ਇੱਕ ਤਰ੍ਹਾਂ ਦੇ ਕੇਸ ਦੇ ਵਿੱਚ ਤਕਰੀਬਨ ਇਸੇ ਤਰ੍ਹਾਂ ਦੀ ਗੱਲ ਲਗਭਗ ਸਾਹਮਣੇ ਆਉਂਦੀ ਹੈ ਕਿ ਕਾਰਵਾਈ ਹੋਊਗੀ ਪਹਿਲਾਂ ਰਿਸ਼ਵਤ ਦੇਓ ਪਹਿਲਾਂ ਮੁੱਠੀ ਕਰਮ ਕਰਦੇ ਹੋ ਜੋ ਕਿ ਨਿੰਦਣਯੋਗ ਹੈ ਅਤਿ ਸ਼ਰਮਨਾਕ ਵੀ ਹੈ ਅਗਲੀ ਗੱਲ ਕਰਦੇ ਹਾਂ ਕਿ ਜਿਹੋ ਜੀ ਪੁਲਿਸ ਕਹਿੰਦੇ ਜਿਹੋ ਜੀ ਕੋਕੋ ਤੇ ਉਸ ਤਰ੍ਹਾਂ ਦੇ ਕੋਕੋ ਦੇ ਬੱਚੇ ਪੰਜਾਬ ਦੇ ਵਿੱਚ ਓਵਰਡੋਸ ਨਾਲ ਮੌਤਾਂ ਹੋ ਰਹੀਆਂ ਨੇ ਲੋਕ ਚਿੰਤਤ ਨੇ ਲੋਕਾਂ ਦੇ ਪੁੱਤਰ ਮਰ ਰਹੇ ਨੇ ਕੋਈ ਇਸ ਰਸਤੇ ਤੇ ਤੁਰ ਰਹੇ ਨੇ ਪਰ ਜਿਹੜੇ ਲੋਕ ਇਸ ਅੱਗ ਵਿੱਚ ਤੁਹਾਨੂੰ ਝੋਕ ਰਹੇ ਨੇ ਉਹ ਵੀ ਆਪਣੀ ਐ ਅੰਮ੍ਰਿਤਸਰ ਪੁਲਿਸ ਨੇ ਦੋ ਵਿਅਕਤੀ ਫੜਿਆ ਦੋਵੇਂ ਪਿਓ ਪੁੱਤ ਨੇ ਤੁਸੀਂ ਦੇਖੋ ਆਮ ਤੌਰ ਤੇ ਹੁੰਦਾ ਕਿ ਜੇਕਰ ਪੁੱਤਰ ਗਲਤ ਰਸਤੇ ਤੇ ਨਿਕਲ ਪਿਆ ਤਾਂ ਪਿਓ ਸਮਝਾਉਂਦਾ ਪਰ ਇੱਥੇ ਤਾਂ ਆਵਾ ਹੀ ਉੱਤਿਆ ਪਿਆ ਪਿਓ ਪੁੱਤ ਦੇ ਕੋਲੋਂ ਨਸ਼ੇ ਦੀ ਵੱਡੀ ਖੇਪ ਵੀ ਫੜੀ ਗਈ ਹੈ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਅਸ਼ਨੀਚਰਵਾਰ ਦੀ ਸਵੇਰ ਸੀ ਪਿਓ ਪੁੱਤਰ ਨੂੰ 4 ਕਿਲੋ ਹੈਰਵਨ ਸਮੇਤ ਗ੍ਰਿਫਤਾਰ ਕੀਤਾ ਜਿਹੜੀ 28 ਕਰੋੜ ਰੁਪਏ ਤੋਂ ਵੱਧ ਦੀ ਦੱਸੀ ਜਾ ਰਹੀ ਹੈ ਇਹ ਦੋਵੇਂ ਵਿਅਕਤੀ ਆਪਣੀ ਕਾਰ ਦੇ ਵਿੱਚ ਇਸ ਖੇਪ ਨੂੰ ਕਿਸੇ ਹੋਰ ਤਸਕਰ ਕੋਲ ਲਈ ਜਾ ਰਹੀ ਸਪਲਾਈ ਕਰਨ ਵਾਸਤੇ ਜਾ ਰਹੇ ਸੀ ਪਰ ਪੁਲਿਸ ਨੇ ਦੋਵਾਂ ਨੂੰ ਉਹਨਾਂ ਦੇ ਮਕਸਦ ਦੇ ਵਿੱਚ ਕਾਮਯਾਬ ਹੋਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਇਹਨਾਂ ਦੀ ਪਛਾਣ ਸੁਖਚਾਨ ਅਤੇ ਬਲਵਿੰਦਰ ਦੇ ਵਜੋਂ ਕੀਤੀ ਗਈ ਹੈ ਸੁਖਚਾਨ ਬਲਵਿੰਦਰ ਦਾ ਹੀ ਪੁੱਤਰ ਹੈ ਪੁਲਿਸ ਨੇ ਦੋਵਾਂ ਦੀ ਕਾਰ ਛੇੜੀ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਹਦੇ ਵਿੱਚ ਜਿੱਥੋਂ ਹੈਰਵਨ ਦੀ ਵੱਡੀ ਖੇਪ ਬਰਾਮਦ ਹੋਈ ਹੈ ਉੱਥੇ 3.4 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ ਇਹਨਾਂ ਦੇ ਖਿਲਾਫ ਥਾਣਾ ਸੁਲਤਾਨਵਿੰਡ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਏਸੀਪੀ ਮਨਿੰਦਰ ਸਿੰਘ ਨੂੰ ਸੂਚਨਾ ਦਰਅਸਲ ਮਿਲੀ ਸੀ ਕਿ ਦੋ ਵਿਅਕਤੀ ਦੋਵੇਂ ਬਾਪ ਪੁੱਤ ਨੇ ਆਪਣੀ ਵਰਨਾਕਾਰ ਦੇ ਵਿੱਚ ਸਵਾਰ ਹੋ ਕੇ ਹੈਰਵਨ ਦੀ ਸਪਲਾਈ ਕਰਨ ਜਾ ਰਹੇ ਨੇ ਉਹ ਜਿਹੜੀ ਸੂਚਨਾ ਸੀ ਸੂ ਸੀ ਉਹ ਪੱਕੀ ਨਿਕਲੀ ਉਦੇ ਆਧਾਰ ਤੇ ਪੁਲਿਸ ਨੇ ਇਹਨਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਇਹਨਾਂ ਦੇ ਕੋਲੋਂ ਇਹ ਹੈਰਵਨ ਵੀ ਬਰਾਮਦ ਹੋ ਗਈ ਤੇ ਸੁਖਚੈਨ ਤੇ ਬਲਵਿੰਦਰ ਵਰਨਾਕਾਰ ਦੇ ਵਿੱਚ ਹੀ ਜਾ ਰਹੇ ਸੀ ਜਿੱਥੇ ਹੈਰਵਨ ਸੀ ਉੱਥੇ ਡਰੱਗ ਮਣੀ ਵੀ ਸੀ ਇਸੇ ਆਧਾਰ ਦੇ ਉੱਤੇ ਨਾਕਾਬੰਦੀ ਕੀਤੀ ਗਈ ਸੀ ਸੂਚਨਾ ਪੱਕੀ ਸੀ ਤਰਨਤਨ ਬਾਈਪਾਸ ਦੇ ਨੇੜੇ ਇਹਨਾਂ ਦੋਵਾਂ ਨੂੰ ਘੇਰਿਆ ਗਿਆ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਵੱਡੀ ਖੇਪ ਸੀ ਤੁਸੀਂ ਹਿਸਾਬ ਲਾ ਲਓ ਆਮ ਤੌਰ ਤੇ ਗਰਾਮਾਂ 'ਚ ਹੁੰਦੀ ਹੈ ਪਿਛਲੀ ਸੀਟ ਤੇ ਇਠਾਂ ਬੈਗ ਰੱਖਿਆ ਹੋਇਆ ਸੀ ਉਹਦੇ ਚ 4 ਲੱਖ ਰੁਪਈਆ ਵੀ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਇਹ ਪੈਸੇ ਕਿੱਥੋਂ ਆਏ ਵੀ 4 ਲੱਖ ਤੋਂ ਵੱਧ ਜਿਹੜੀ ਰਕਮ ਹੈ ਇਹ ਦੋਵੇਂ ਮੰਨੇ ਕਿ ਅਸੀਂ ਇਹ ਜਿਹੜੀ ਹੈਰਵਨ ਕੁਝ ਇਹਦੇ ਵਿੱਚੋਂ ਵੇਚੀ ਸੀ ਉਹਦੇ ਵਿੱਚੋਂ ਆਹ ਰਕਮ ਸਾਨੂੰ ਮਿਲੀ ਸੀ ਸੋ ਹੁਣ ਇਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਲਿਆਂਦੀ ਕਿੱਥੋਂ ਆਇਆ ਪਤਾ ਲੱਗਿਆ ਕਿ ਇਹ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਰਹਿਣ ਵਾਲੇ ਕਿਸੇ ਤਸਕਰ ਤੋਂ ਫੜੀ ਸੀ ਅਤੇ ਦਿੱਲੀ ਚ ਇੱਕ ਪਾਰਟੀ ਨੂੰ ਇਹ ਦੋਵੇਂ ਪਿਓ ਪੁੱਤ ਦੇਣ ਜਾ ਰਹੇ ਸੀ ਤੇ ਹੋਰ ਇਹਦੇ ਵਿੱਚ ਕੌਣ ਕੌਣ ਸ਼ਾਮਲ ਹੈ ਉਹਦੀ ਹੁਣ ਇਸ ਵਕਤ ਜਾਂਚ ਕੀਤੀ ਜਾ ਰਹੀ ਹੈ। ਥੱਗ ਕਿੱਡੇ ਕਿੱਡੇ ਬੈਠੇ ਐ। ਆ ਅਗਲੀ ਖਬਰ ਉਸੇ ਤਰ੍ਹਾਂ ਦੀ ਖਬਰ ਹੈ। ED ਨੇ ਪਾਵ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਕੱਲ ਚੰਡੀਗੜ੍ਹ ਸੈਕਟਰ 18 ਦੇ ਰਹਿਣ ਵਾਲੇ ਸੂਰਿਆ ਫਾਰਮਾ ਸਿਟੀਕਲ ਲਿਮਟਿਡ ਦੇ ਮਾਲਕ ਅਤੇ ਉਦਯੋਗਪਤੀ ਰਾਜੀਵ ਗੋਇਲ ਦੀ 828 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਮਾਮਲੇ 'ਚ ਛਾਪੇਮਾਰੀ ਕੀਤੀ ਹੈ 828 ਕਰੋੜ ਹੁਣ ED ਇਹਨਾਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ ਇਸੇ ਕਰਕੇ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਅਨੁਸਾਰ ਮਨੀ ਮਾਜਰਾ ਸਮੇਤ ਵੱਖ-ਵੱਖ ਥਾਵਾਂ ਤੇ ਨਿਸ਼ਾਨਦੇਹੀ ਕੀਤੀ ਗਈ ਹੈ ਇਹਦੇ ਤੋਂ ਪਹਿਲਾਂ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ 2002 ਦੇ ਤਹਿਤ ਰਾਜੀਵ ਗੋਇਲ ਦੀ ਕੰਪਨੀ ਅਤੇ ਹੋਰਨਾਂ ਦੀ 185.1 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਅਸਥਾਈ ਤੌਰ ਤੇ ਜ਼ਬਤ ਕਰ ਲਿਆ ਸੀ। ਸਾਲ 2011 ਦਾ ਸੀ। ਸਾਲ 2011 ਦੇ ਵਿੱਚ ਰਾਜੀਵ ਗੋਇਲ ਕੈਂਸਰ ਦਾ ਇਲਾਜ ਕਰਵਾਉਣ ਦੇ ਬਹਾਨੇ ਮੁਲਕ ਛੱਡ ਕੇ ਭੱਜ ਗਿਆ। ਉਦੋਂ ਤੋਂ ਉਹ ਕਦੇ ਵਾਪਸ ਭਾਰਤ ਨਹੀਂ ਗਿਆ। ਤੇ ਨਾਲ ਉਹਨਾਂ ਦੀ ਘਰ ਵਾਲੀ ਵੀ ਮੁਲਕ ਛੱਡਣ ਦੇ ਵਿੱਚ ਕਾਮਯਾਬ ਹੋ ਗਈ ਸੀ। ਦੱਸਣਾ ਬਣਦਾ ਕਿ ਸਾਲ 2010 ਦੇ ਵਿੱਚ ਸੀਬੀਆਈ ਦੇ ਵੱਲੋਂ ਇਸ ਮਾਮਲੇ ਦੇ ਸਬੰਧ ਵਿੱਚ ਦੋ ਕੇਸ ਦਰਜ ਕੀਤੇ ਗਏ ਸੀ। ਇਹਦੇ ਤੋਂ ਬਾਅਦ ਇਹ ਮਾਮਲਾ ਫਿਰ ਈਡੀ ਦੇ ਹਵਾਲੇ ਕਰ ਦਿੱਤਾ ਗਿਆ ਸੀ, ਟਰਾਂਸਫਰ ਕਰ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਮਨੀ ਲਾਂਡਰਿੰਗ ਦਾ ਮਾਮਲਾ ਇੱਕ ਵੱਖਰਾ ਦਰਜ ਕੀਤਾ ਗਿਆ। ਇਹ ਜਿਹੜੀ ਧੋਖਾਧੜੀਆ 828 ਕਰੋੜ ਦੀ ਇਹ ਸਟੇਟ ਬੈਂਕ ਆਫ ਇੰਡੀਆ ਚੰਡੀਗੜ੍ਹ ਅਤੇ ਪੰਜਾਬ ਐਂਡ ਸਿੰਧ ਬੈਂਕ ਕਰਨਾਲ ਨੇ ਇਸ ਸੰਬੰਧੀ ਦਰਅਸਲ ਸ਼ਿਕਾਇਤ ਦਰਜ ਕਰਵਾਈ ਸੀ। ਕੰਪਨੀ ਦੇ ਉੱਤੇ 828 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਈਡੀ ਨੇ ਕਿਹਾ ਕਿ ਫਰਜ਼ੀ ਚਲਾਣ ਦੇ ਬਦਲੇ ਕੰਪਨੀ ਦੇ ਨਾਮ ਤੇ ਲੈਟਰ ਆਫ ਕ੍ਰੈਡਿਟ ਦਾ ਲਾਭ ਲੈ ਲਿਆ ਗਿਆ। ਬੈਂਕ ਤੋਂ ਜਿਹੜੀ ਇਹ ਰਕਮ ਮਿਲੀ ਪ੍ਰਾਪਤ ਹੋਈ ਉਸ ਰਕਮ ਦੀ ਵਰਤੋਂ ਕੰਪਨੀ ਵਿਅਕਤੀਆਂ ਅਤੇ ਸਬੰਧਤ ਸੰਸਥਾਵਾਂ ਦੇ ਨਾਮ ਤੇ ਜਾਇਦਾਦਾਂ ਖਰੀਦਣ ਲਈ ਗਲਤ ਢੰਗ ਨਾਲ ਵਰਤੋਂ ਕੀਤੀ ਗਈ। ਜਿਸ ਤੇ ਕਾਰਨ ਇਹਨਾਂ ਦੇ ਉੱਤੇ ਵੱਖਰੇ ਵੱਖਰੇ ਮੁਕਾਦਮੇ ਦਰਜ ਨੇ ਪਰ ਉਹ ਭਾਰਤ ਛੱਡ ਕੇ 828 ਕਰੋੜ ਨੂੰ ਲਾ ਕੇ ਥੁੱਕ ਰਫੂ ਚੱਕਰ ਹੋ ਗਏ ਸੀ ਤੇ ਹੁਣ ਗੱਲ ਕਰਦੇ ਆ ਪੱਤਰਕਾਰ ਖੁਦਕੁਸ਼ੀ ਮਾਮਲਾ ਬੀਤੇ 2 ਦਿਨ ਤੋਂ ਆਪਾਂ ਇਸ ਖਬਰ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਹਾਂ ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਰਾਜਪੁਰਾ ਦਾ ਪੱਤਰਕਾਰ ਰਵੇਸ਼ ਸ਼ਰਮਾ ਸ਼ਰਮਾ ਜੀ ਨੇ ਖੁਦਕੁਸ਼ੀ ਕਰ ਲਈ ਸੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਖੁਦਕੁਸ਼ੀ ਨੋਟ ਲਿਖਿਆ ਸੀ ਲੰਬਾ ਚੌੜਾ ਨੋਟ ਸੀ ਅਤੇ ਨਾਲ ਇੱਕ ਵੀਡੀਓ ਵੀ ਬਣਾਈ ਸੀ ਬਾਅਦ ਦੇ ਵਿੱਚ ਕਪਾਰਕ ਦੇ ਵਿੱਚ ਉਹਨਾਂ ਦੀ ਲਾਸ਼ ਮਿਲ ਗਈ ਸੀ ਦੋਸ਼ ਉਹਨਾਂ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਦੀਾਲ ਸਿੰਘ ਕੰਬੋਜ ਉਹਨਾਂ ਦੇ ਪੁੱਤਰ ਸਮੇਤ ਕਈ ਹੋਰ ਨਾ ਵਿਅਕਤੀਆਂ ਤੇ ਲਾ ਦਿੱਤੇ ਸੀ ਉਹਨਾਂ ਨੇ ਆਖਿਆ ਸੀ ਕਿ ਮੈਂ ਇਹਨਾਂ ਸਾਰਿਆਂ ਤੋਂ ਤੰਗ ਹੋ ਕੇ ਪਰੇਸ਼ਾਨ ਹੋ ਕੇ ਮੌਤ ਨੂੰ ਗਲ ਨਾਲ ਲਾ ਲਿਆ ਹੈ ਮੌਤ ਮੇਰੀ ਮਜਬੂਰੀ ਬਣ ਗਈ ਥਾਣਾ ਸਿਟੀ ਰਾਜਪੁਰਾ ਐਸ ਐਚਓ ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਸਾਰੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਉਹ ਫਰਾਰ ਨੇ ਹਾਲੇ ਤੱਕ ਪੁਲਿਸ ਕਿਸੇ ਵੀ ਦੋਸ਼ੀ ਦੀ ਲੋਕੇਸ਼ਨ ਟ੍ਰੇਸ ਕਰ ਨਹੀਂ ਸકી ਹੁਣ ਇਹ ਗੱਲ ਵੱਖਰੀ ਹੈ ਕਿ ਕਰ ਨਹੀਂ ਸਕੀ ਜਾਂ ਕਰਨਾ ਨਹੀਂ ਚਾਹੁੰਦੀ ਕਿਉਂਕਿ ਪੱਤਰਕਾਰ ਨੇ ਵੀ ਇਹੀ ਦੋਸ਼ ਲਾਇਆ ਸੀ ਕਿ ਉਹਨਾਂ ਨੂੰ ਕੋਈ ਹੱਥ ਹੀ ਨਹੀਂ ਪਾ ਰਿਹਾ ਖੁਦਕੁਸ਼ੀ ਕਰਨ ਤੋਂ ਪਹਿਲਾਂ ਜਿਹੜੀ ਵੀਡੀਓ ਬਣਾਈ ਹੈ ਸੁਸਾਈਡ ਨੋਟ ਸੀ ਉਹਦੇ ਵਿੱਚ ਆਖਿਆ ਸੀ ਕਿ ਸਾਬਕਾ ਵਿਧਾਇਕ ਹਰਦੀਾਲ ਕੰਬੂਜ਼ ਅਤੇ ਕੁਝ ਆ ਹੋਰ ਵਿਅਕਤੀ ਜਿਨ੍ਹਾਂ ਦੇ ਉਹ ਨਾਮ ਲਿੰਦਾ ਇਹਨਾਂ ਸਾਰਿਆਂ ਨੇ ਮਿਲ ਕੇ ਉਹਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਉਹਦਾ ਕਾਰੋਬਾਰ ਉਹਦਾ ਢਾਬਾ ਬੰਦ ਕਰਵਾਇਆ ਸ਼ਰਮਾ ਨੇ ਆਪਣੇ ਖੁਦਕੁਸ਼ੀ ਨੋਟ ਅਤੇ ਵੀਡੀਓ ਦੇ ਵਿੱਚ ਇਸ ਗੱਲ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਸੀ ਕਿ ਜਦੋਂ ਤੱਕ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਹੋਵੇ ਉਦੋਂ ਤੱਕ ਨਾ ਉਹਦਾ ਪੋਸਟਮਾਰਟ ਨ ਹੋਵੇ ਤੇ ਨਾ ਉਹਦਾ ਸਸਕਾਰ ਕੀਤਾ ਜਾਵੇ ਵੀਡੀਓ ਦੇ ਵਿੱਚ ਪੱਤਰਕਾਰ ਨੇ ਸਾਬਕਾ ਵਿਧਾਇਕ ਹਰਦੀਾਲ ਕੰਬੂਜ ਉਹਦੇ ਪੁੱਤਰ ਨਿਰਪੇਅ ਸਿੰਘ ਮਿਲਟੀ ਸਮੇਤ ਵਕੀਲ ਡੈਂਟਿਸ ਆਪੇ ਬਣੇ ਆਜ਼ਾਦੀ ਘੁਲਾਟੀਏ ਸਮੇਤ 6 ਵਿਅਕਤੀਆਂ ਦੇ ਉੱਤੇ ਖੁਦਕੁਸ਼ੀ ਨੂੰ ਗਲ ਨਾਲ ਕਲਾਉਣ ਭਾਵ ਮੌਤ ਨੂੰ ਗਲ ਨਾਲ ਲਾਉਣ ਜਾ ਇਸ ਕੰਮ ਵਾਸਤੇ ਮਜਬੂਰ ਕਰਨ ਦੇ ਦੋਸ਼ਾ ਦਿੱਤੇ ਸੀ ਪੱਤਰਕਾਰ ਸ਼ਰਮਾ ਨੇ ਸੰਜੀਵ ਗਰਗ ਨਾਮ ਦੇ ਦੋਸ਼ੀ ਤੋਂ ਸਵਾ ਪੰਜ ਲੱਖ ਰੁਪਏ ਲੈਣ ਦੇ ਦੋਸ਼ ਵੀ ਲਗਾਏ ਸੀ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਸਾਰਿਆਂ ਦੇ ਖਿਲਾਫ ਮੁਕੱਦਮਾ ਤਾਂ ਦਰਜ ਕਰ ਲਿਆ ਹੈ ਪਰ ਇਹ ਸਾਰੇ ਦੇ ਸਾਰੇ ਦੋਸ਼ੀ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਉਹਨਾਂ ਨੂੰ ਟ੍ਰੇਸ ਨਹੀਂ ਕੀਤਾ ਜਾ ਸਕਿਆ ਦੋਸਤੋ ਕੋਲ ਮਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਉ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ